ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਸਰਵਾਈਕਲ ਦਾ ਜਿਹੜਾ ਅਤੇ ਲੱਕ ਦਰਦ ਦਾ ਜਿਹੜਾ ਐਕੂਪ੍ਰੈਸ਼ਨ ਦਾ ਇਲਾਜ ਕਰਦੇ ਹਾਂ। ਉਹ ਪੇਸ਼ੈਂਟ ਆਪਾਂ ਕਾਫੀ ਚਿਰ ਤੋਂ ਕਾਫੀ ਪੇਸ਼ੈਂਟ ਦਾ ਆਪਾਂ ਟ੍ਰੀਟਮੈਂਟ ਕੀਤਾ ਵਾ। ਉਹਦੇ 'ਚ ਆਪਣੇ ਇੱਕ ਪੇਸ਼ੈਂਟ ਹੀ ਉਹ ਉਹਨਾਂ ਦੇ ਕਾਫੀ ਲੱਕ ਦੇ ਵਿੱਚ ਕਾਫੀ ਤਕਲੀਫ ਸੀ। ਉਹ ਅੱਜ ਸਾਡੇ ਕੋਲ ਆਏ ਹੋਏ ਆ ਅਤੇ ਉਹਨਾਂ ਨੂੰ ਉਹਨਾਂ ਜਵਾਨੀ ਆ ਚਾਚਾ ਮੈਨੂੰ ਕੁ ਸੁਣਾ ਕਿ ਮੈਨੂੰ ਕਿੰਨਾ ਕੁ ਬੈਨੀਫਿਟ ਹੋਇਆ ਇਹਦੇ ਵਿੱਚ। ਹੈਲੋ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਬਾ ਜੀ, ਕਿੰਨਾ ਕਿੱਦਾਂ ਤੁਹਾਡੇ ਜੀ ਤਕਲੀਫ, ਕਿੰਨਾ ਫਰਕ ਹੋਣ ਲੱਗੇ ਨਾ? ਗੱਲ ਇੱਦਾਂ ਕਿ ਮੈਨੂੰ ਹੁਣ ਕਾਫੀ ਇਹਦਾ ਜਿਹੜਾ ਕਿ ਮੈਨੂੰ ਇਹਦਾ ਫਾਇਦਾ ਹੈਗਾ ਵਾ। ਪਹਿਲੇ ਜਿਸ ਤਰ੍ਹਾਂ ਮੈਂ ਕੁਛ ਚਿਰ ਬੈਠ ਨਹੀਂ ਸਕਦਾ ਅਤੇ ਕਾਫੀ ਜਿਸ ਤਰ੍ਹਾਂ ਪ੍ਰੋਬਲਮ ਹੁੰਦੀ ਜਾਂ ਚੌਂਕੜੀ ਮਾਰ ਕੇ ਬੈਠਣਾ ਜਾਂ ਜਿਸ ਤਰ੍ਹਾਂ ਸੰਗਤ 'ਚ ਬੈਠਦੇ ਸੀ ਅਤੇ ਬੈਠਣ ਦੀ ਕਾਫੀ ਦਿੱਕਤ ਸੀ। ਅਤੇ ਹੁਣ ਜਿਸ ਦਿਨ ਦਾ ਮੈਂ ਤੁਹਾਡੇ ਕੋਲ ਦੋ ਵਾਰਾਂ ਇਹਦੀ ਸੈਟਿੰਗ ਕਰਾਈ ਆ ਅਤੇ ਜੋ ਤੁਸੀਂ ਦੱਸਿਆ ਪੁਆਇੰਟ ਦਵਾਉਣੇ, ਮੈਂ ਥੋੜ੍ਹਾ ਟਾਈਮ ਜਿਹੜਾ ਵਾ ਦਿਨ ਦੇ ਦਵਾਉਂਦਾ ਵਾ ਅਤੇ ਹੁਣ ਮੈਨੂੰ ਬਹੁਤ ਜ਼ਿਆਦਾ ਇਸ ਤੋਂ ਫਾਇਦਾ ਹੈਗਾ ਵਾ। ਮਤਲਬ ਬੈਠ ਵੀ ਲਈਦਾ ਵਾ, ਦਰਦ ਨਹੀਂ ਹੁੰਦੀ ਹੁਣ। ਅਤੇ ਬਾਕੀ ਜਿਹੜਾ ਉਹ ਥੋੜ੍ਹਾ ਗਰਦਨ ਦਾ ਸੀ ਇੱਕ ਇੱਧਰ ਦੇ ਬੰਨੇ ਜਿਸ ਤਰ੍ਹਾਂ ਦੱਸਦੇ ਸਰਵਾਈਕਲ ਸੀ, ਉਹ ਤਾਂ ਉਦੋਂ ਹੀ 5-7 ਮਿੰਟਾਂ ਦੇ ਵਿੱਚ ਹੀ ਮਤਲਬ ਉਹਦਾ ਹੱਲ ਹੋ ਗਿਆ ਸੀ। ਅਤੇ ਜਿਹੜੀ ਆ ਬੈਕ ਦੀ ਪ੍ਰੋਬਲਮ ਸੀ ਡਿਸਕ ਦੀ, ਇਹ ਤਾਂ ਤੁਹਾਨੂੰ ਪਤਾ ਕਾਫੀ ਲੰਮੇ ਸਮੇਂ ਤੋਂ ਸੀ ਅਤੇ ਇਹ ਸਹੀ ਹੈ ਸਹੀ ਹੈ ਜਿਹੜੀ ਹੁਣ ਸੈਟਿੰਗ ਹੋ ਜੂਗੀ। ਜਿਸ ਤਰ੍ਹਾਂ 2-3 ਵਾਰਾਂ ਕਰਾਇਆ ਵਾ ਅਤੇ ਮੈਨੂੰ ਕਾਫੀ ਉਹਦਾ ਜਿਹੜਾ ਬੈਨੀਫਿਟ ਨਾਲ ਜਿਹੜੀ ਤੁਹਾਨੂੰ ਥੋੜ੍ਹੀ ਐਕਸਰਸਾਈਜ਼ ਦੱਸੀ ਉਹ ਕਰਨੀ ਹੈ ਜਿਹੜੀ ਆ, ਅਤੇ ਥੋੜ੍ਹਾ ਹਾਰਡ ਬੈਡ ਤੋਂ ਸੋਣਾ ਵਾ ਅਤੇ ਇਹ ਚੀਜ਼ ਦਾ ਥੋੜ੍ਹਾ ਖਾਣ ਪੀਣ 'ਚ ਵਾਈ ਚੀਜ਼ ਦਾ ਪਰਹੇਜ਼ ਰੱਖਿਓ ਕਾਫੀ ਹੱਦ ਤੱਕ ਜਿਹੜਾ ਤੁਹਾਡਾ। ਜੀ ਹਾਂਜੀ, ਖਾਣ ਦਾ ਤਾਂ ਕਾਫੀ ਸੰਜਮ ਹੁੰਦਾ ਵਾ ਆਪਣਾ, ਉਹਦੇ ਆਪਾਂ ਜ਼ਿਆਦਾ ਨਹੀਂ ਇਸ ਤਰ੍ਹਾਂ ਲਈਦੇ ਕੁਛ। ਅਤੇ ਹਾਂ, ਮੈਂ ਜਿਹੜਾ ਵਾ ਬੈੱਡ ਜਿਹੜਾ ਵਾ ਉਹ ਹਾਰਡ ਹੀ ਆ ਅਤੇ ਉਹਦੇ ਉੱਤੇ ਹੀ ਆਪਾਂ ਰੈਸਟ ਕਰਦੇ ਹਾਂ। ਅਤੇ ਜਿਹੜਾ ਗੱਦਾ ਜਾਂ ਬੈਠਣਾ ਵੀ ਕਿਸੇ ਵਿੱਚ ਚੇਅਰ 'ਤੇ ਜਾਂ ਕਿਤੇ ਵੀ, ਉਹ ਵੀ ਤਾਂ ਮਤਲਬ ਹਾਰਡ 'ਤੇ ਬੈਠਦੇ, ਥੋੜ੍ਹਾ ਸਿੱਧਾ ਬੈਠਦੇ ਹਾਂ। ਅਤੇ ਕੋਈ ਜਿਹੜੇ ਐਕੂਪ੍ਰੈਸ਼ਰ ਦੇ ਪੁਆਇੰਟ ਤੁਸੀਂ ਦੱਸੇ ਹੈਗੇ ਸੀ ਅਤੇ ਉਹ ਵੀ ਥੋੜ੍ਹੇ ਥੋੜ੍ਹੇ ਕਰੀਦੇ ਆ ਡੇਲੀ। ਅਤੇ ਬਾਕੀ ਜੇ ਉਹ ਹੈਗਾ ਸੀ ਆਪਣਾ ਜਿਹੜੀ ਉਹਦੀ ਐਕਸਰਸਾਈਜ਼ ਦੱਸੀ ਬੈਕ ਦੀ ਡਿਸਕ ਦੀ, ਅਤੇ ਉਹ ਵੀ 5-7 ਮਿੰਟ ਜਿਹੜੀ ਆ 5-5